ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓਪੀਡੀ ਵਿੱਚ ਲੱਗੀ ਅੱਗ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਓਪੀਡੀ ਵਿੱਚ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ। ਹਾਂਜੀ, ਸਵਾ 4 ਵਜੇ ਇੱਥੇ ਓਪੀਡੀ ਸਿਵਲ 'ਚ ਅੱਗ ਲੱਗੀ ਸੀ। ਅਸੀਂ ਲੋਕਲ ਅੱਡੇ ਤੋਂ 3 ਮਿੰਟ 'ਚ ਰਿਪੋਰਟ ਕੀਤੀ ਜੀ, ਅੱਗ 'ਤੇ ਕੰਟਰੋਲ ਕੀਤਾ। ਅਤੇ ਜਿਹੜੇ ਦੇ ਵਿੱਚ AC ਅਤੇ ਪਰਦੇ ਅਤੇ ਚੇਅਰ ਫਰਨੀਚਰ ਸੜੇ ਆ, ਅਤੇ ਬਚਾਅ ਹੋ ਗਿਆ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜੀ। ਕਿੰਨੇ ਕੁ ਮਰੀਜ਼ ਸੀਗੇ ਜਦੋਂ ਉਹਨਾਂ ਨੂੰ ਕੱਢਿਆ ਗਿਆ? ਉੱਥੇ ਕੋਈ ਮਰੀਜ਼ ਨਹੀਂ ਸੀਗਾ, OPD ਖਾਲੀ ਸੀ, ਅੱਜ ਛੁੱਟੀ ਸੀ। ਹਾਂਜੀ, ਅਤੇ ਕਿੰਨੇ ਕੁ ਦੇਰ ਦੇ ਵਿੱਚ ਅੱਗ ਬੁਝਾ ਲਈ? ਅਸੀਂ 10 ਮਿੰਟ 'ਚ ਜੀ ਅੱਗ ਬੁਝਾ ਦਿੱਤੀ।